ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ YouTube ਚੈਨਲ ਯੂਨੀਵਰਸਲ ਸਮਾਰਟ এডਿਕੇਸ਼ਨ ਉੱਪਰ ਤਾਂ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਇੱਕ ਨੋਟਿਸ ਹੋਰ ਜਾਰੀ ਕੀਤਾ ਗਿਆ ਜੀ ਇਹ ਨੋਟਿਸ ਪੰਜਾਬ ਵਿੱਚ ਟੀਚਰਾਂ ਦੀ ਬਦਲੀਆਂ ਨਾਲ ਸੰਬੰਧਿਤ ਹੈ ਜੀ ਜਿਨ੍ਹਾਂ ਟੀਚਰਾਂ ਦੀ ਟ੍ਰਾਂਸਫਰ ਹੋਣੀ ਸੀ ਉਹਨਾਂ ਦੇ ਜੋ ਹੁਕਮ ਲਾਗੂ ਹੋਏ ਸੀ ਉਹਨਾਂ ਨੂੰ ਐਕਸਟੈਂਡ ਕੀਤਾ ਗਿਆ ਜੀ ਇਸ ਵਿੱਚ ਤਾਂ ਵਿਸ਼ਾ ਜੋ ਹੈ EDT, HT ਅਤੇ CHT ਦੇ ਬਦਲੀਆਂ ਦੇ ਹੁਕਮ ਲਾਗੂਕਰਨ ਸੰਬੰਧੀ ਆਪਾਂ ਪੂਰੀ ਡਿਟੇਲਸ ਨਾਲ ਪੜਦੇ ਨੂੰ ਤਾ ਸਭ ਤੋਂ ਪਹਿਲੀ ਗੱਲ ਨੂੰ ਲਿਖਿਆ ਜੀ ਉਪਰੋਕਤ ਵਿਸ਼ੇ ਅਤੇ ਹਵਾਲੇ ਅਧੀਨ ਪੱਤਰ ਰਾਹੀਂ ਲਿਖਿਆ ਗਿਆ ਸੀ ਕਿ ਵਿਭਾਗ ਵੱਲੋਂ ਮਤੀ ਵਿਭਾਗ ਨੇ ਦੋ ਗੇੜ ਵਿੱਚ ਟਰਾਂਸਫਰ ਕਰਨੀ ਸੀ ਪਹਿਲੀ ਤਰੀਕੇ ਸੀ 24 ਮਾਰਚ 2021 ਨੂੰ ਤੇ ਦੂਜੇ ਗੇੜ ਦੀਆਂ ਬਦਲੀਆਂ 9 ਅਪ੍ਰੈਲ 2021 ਨੂੰ ਦੂਜੇ ਗੇੜ ਦੀਆਂ ਬਦਲੀਆਂ ਦੇ ਹੁਕਮ ਮਤੀ 18 5 2021 ਨੂੰ ਲਾਗੂ ਕੀਤੇ ਜਾਣਗੇ ਜਨਕੀ ਅੱਜ 18 ਤਰੀਕ ਸੀ ਤੇ 18 ਤਰੀਕ ਨੂੰ ਇੱਕ ਨੋਟਿਸ ਆਇਆ ਸੀ ਵੀ ਅੱਜ ਦੀ ਤਰੀਕ ਨੂੰ ਇਹ ਨੋਟਿਸ ਜਿਹੜੇ ਹੁਕਮ ਨੇ ਇਹ ਜਾਰੀ ਕੀਤੇ ਜਾਣਗੇ ਪਰ ਹੁਣ ਕੀ ਕੀਤਾ ਜੀ ਇਹਨਾਂ ਨੇ ਇਹਨਾਂ ਨੇ ਲਿਖਿਆ ਜੀ ਵਿਭਾਗ ਦੇ ਧਿਆਨ ਵਿੱਚ ਇਹ ਗੱਲ ਆਈ ਹੈ ਕਿ ਜੇਕਰ ਪ੍ਰਾਇਮਰੀ ਕਾਡਰ ਦੇ ਅਧਿਆਪਕ ਭਾਵ ETT HT ਅਤੇ CHT ਦੀਆਂ ਬਦਲੀਆਂ ਮਿਤੀ 18 5 2021 ਨੂੰ ਲਾਗੂ ਕੀਤੀਆਂ ਜਾਂਦੀਆਂ ਹਨ ਯਾਨਕਿ ਜੇ ਇਹ ਮਿਤੀਆਂ ਇਹ ਬਦਲੀਆਂ ਅੱਜ ਅੱਜ ਦੇ ਦਿਨ ਵਿੱਚ ਲਾਗੂ ਕੀਤੀਆਂ ਜਾਂਦੀਆਂ ਤਾਂ ਕਾਫੀ ਗਿਣਤੀ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਜਿਹੜੇ ਆਪਣੇ ਪ੍ਰਾਇਮਰੀ ਸਕੂਲ ਨੇ ਉਹਨਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਅਧਿਆਪਕਾਂ ਦੀ ਘਾਟ ਹੋ ਜਾਵੇਗੀ ਯਾਨਕਿ ਵਿਦਿਆਰਥੀ ਜ਼ਿਆਦਾ ਨੇ ਅਧਿਆਪਕ ਘੱਟ ਨੇ ਜੇ ਬਦਲੀਆਂ ਹੋ ਜਾਂਦੀਆਂ ਨੇ ਤਾਂ ਇਸ ਤੋਂ ਇਲਾਵਾ ਪ੍ਰਾਇਮਰੀ ਅਧਿਆਪਕਾਂ ਦੀਆਂ ਨਵੀਂ ਨਿਯੁਕਤੀਆਂ ਤੁਹਾਨੂੰ ਪਤਾ ਹੀ ਲਈ 2364 ਅਸਾਮੀਆਂ ਐੀਟੀਟੀ ਦੀਆਂ ਨੇ ਉਹਨਾਂ ਸੰਬੰਧੀ ਕੇਸ ਜਿਹੜਾ ਲੱਗਾ ਹੋਇਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਜਿਹੜਾ ਆਪਣਾ ਪੈਂਡਿੰਗ ਹੈ ਜੀ ਤਾਂ ਅਗਲੀ ਗੱਲ ਜਿਹੜੀ ਲਾਸਟ ਗੱਲ ਲਿਖੀ ਉਹਨਾਂ ਨੇ ਉਪਰੋਕਤ ਸਥਿਤੀ ਦੇ ਸਨਮੁਖ ਵਿਭਾਗ ਵੱਲੋਂ ਫੈਸਲਾ ਕੀਤਾ ਗਿਆ ਜੀ ਪ੍ਰਾਇਮਰੀ ਕਲਟਰ ਦੇ ਅਧਿਆਪਕ ਜਿਹੜੇ 8TT ਦੇ ਨੇ HT ਅਤੇ CHC ਦੀਆਂ ਬਦਲੀਆਂ ਮਤੀ 25 5 2021 ਤੋਂ ਲਾਗੂ ਕੀਤੀ ਜਾਣਗੀਆਂ ਇਹ ਮਤਲਬ ਜੀ ਡੇਟਾ ਉਹਨਾਂ ਨੇ ਐਕਸਟੈਂਡ ਕਰਤੀ ਜੋ ਕਿ ਅੱਜ ਹੋਣੀ ਸੀ ਬਦਲੀਆਂ ਦੇ ਹੁਕਮ ਅੱਜ ਚਾਰੀ ਹੋਣੇ ਸੀ ਇਹਨਾਂ ਦੇ ਸਾਡੀ ਅੱਜ ਦੀ ਲੇਟੈਸਟ ਅਪਡੇਟ ਵੀਡੀਓ ਨੂੰ ਲਾਈਕ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਜਿਨ੍ਹਾਂ ਦੋਸਤਾਂ ਨੇ ਸਾਡੇ ਚੈਨਲ ਤੇ ਅੱਜ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨ ਅਤੇ ਨਾਲ ਦਿੱਤਾ ਗਿਆ ਬੈਲ ਆਈਕਨ ਨੂੰ ਵੀ ਪ੍ਰੈਸ ਕਰਨ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੀ